ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਟੂਡੇ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬ ਸੂਬੇ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਨਵੀਂ ਅਪਡੇਟ ਐ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖੀ ਤੱਕ ਜਰੂਰ ਸੁਣਨਾ ਤਾਂ ਜੋ ਤੁਹਾਡੇ ਕੋਲੋਂ ਮੌਸਮ ਸੰਬੰਧੀ ਕੋਈ ਵੀ ਜਾਣਕਾਰੀ ਮਿਸ ਨਾ ਹੋ ਸਕੇ ਤੇ ਨਾਲ ਹੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਰੋਤੇ ਵੀਰਾਂ ਨੂੰ ਰਿਕਵੈਸਟ ਆ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਨਾਲ ਹੀ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਸੋ ਜੀ ਹੁ ਆਇਆ ਜਾਣਕਾਰੀ ਆ ਰਹੀ ਹੈ ਭਾਵੇਂ ਇਸ ਵਰੇ April, May, June ਦੌਰਾਨ ਪਾਰਾ ਉਸਤ ਨਾਲ ਕਾਫੀ ਘਟ ਰਿਹਾ ਤੇ ਇਸ 17 ਗਰਮੀ ਚ ਆਈ ਕਮੀ ਅਕਸਰ ਮਾਨਸੂਨ ਤੇ ਬੁਰਾ ਅਸਰ ਪਾਉਂਦੀ ਰਹੀ ਹੈ ਪਰ ਇਸ ਸੀਜ਼ਨ ਮਾਨਸੂਨ ਆਪਣੇ ਦਮ ਤੇ ਕਾਫੀ ਤਾਕਤਵਰ ਰਹੇਗੀ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਚੱਲਣ ਵਾਲੇ ਮਾਨਸੂਨ ਸੀਜ਼ਨ ਚ ਉਸਤ ਨਾਲ ਵਧੇਰੇ 530 ਮਿਲੀਮੀਟਰ ਬਰਸਾਤਾਂ ਦੀ ਉਮੀਦ ਹੈ ਜਦ ਕਿ ਪੰਜਾਬ ਚ ਸਨ 1951 ਤੋਂ ਲੈ ਕੇ 2000 ਤੱਕ ਮਾਨਸੂਨ ਦੌਰਾਨ ਪੈਮੀਹਾ ਦੀ ਸਾਲਾਨਾ ਉਸਤ 490 ਮਿਲੀਮੀਟਰ ਹੈ ਤੇ ਜਸ ਨੂੰ ਦੇਖਦੇ ਹੋਏ ਇਸ ਬਰਸਾਤੀ ਸੀਜ਼ਨ ਨੈਰੀ ਵਿਭਾਗ ਤੇ ਪ੍ਰਸ਼ਾਸਨੀ ਕਕਾਈਆਂ ਨੂੰ ਸਮਾਂ ਰਹਿੰਦੇ ਉੱਚੇ ਚੇ ਪ੍ਰਬੰਧ ਕਰਨ ਦੀ ਤਜਵੀਜ਼ ਕੀਤੀ ਜਾਂਦੀ ਹੈ ਤਾਂ ਜੋ ਪਿਛਲੇ ਸਾਲ ਵਾਂਗ ਪੈਦਾ ਹੋਈ ਖੜਾ ਦੀ ਸਥਿਤੀ ਨੂੰ ਟਾਲਿਆ ਜਾ ਸਕੇ ਜੁਲਾਈ ਦੇ ਦੂਜੇ ਅੱਧ ਬਸਤਾ ਚ ਥੋੜੀ ਕਮੀ ਆਵੇਗੀ ਪਰ ਅਗਸਤ ਸਤੰਬਰ ਚ ਪ੍ਰਸ਼ਾਂਤ ਮਹਾਸਾਗਰ ਚ ਲਾਨੀਨਾ ਦੀ ਸਥਿਤੀ ਬਣਦੀ ਉਮੀਦ ਹੈ ਕੁੱਲ ਮਿਲਾ ਕੇ ਇਸ ਬਰਸਾਤੀ ਸੀਜ਼ਨ ਆਸ ਤੋਂ ਨਾਲ ਵਧੇਰੇ ਬਰਸਾਤਾਂ ਦੇ ਕਈ ਦਿਨਾਂ ਦੀਆਂ ਝੜੀਆਂ ਨਾਲ ਸੰਭਵ ਹੈ ਕਿ ਅੱਸ ਵਰੇ ਪੰਜਾਬ ਚ ਬਰਸਾਤਾ ਨੇ ਕਈ ਰਿਕਾਰਡ ਟੁੱਟੇ ਜਾਂ ਤੇ ਨਵੇਂ ਰਿਕਾਰਡ ਸੱਜ ਜਾਂਦੀ ਉਮੀਦ ਹੈ ਜੇਕਰ ਜੋਗੇ ਕਿ ਵਕ ਵਕ ਜ਼ਿਲ੍ਹਾ ਚ ਵੱਖਰਾ ਵੰਡ ਬੀਤੇ ਵਰਿਆਂ ਨਾਲੋਂ ਬਿਹਤਰ ਹੈਗੀ ਤੇ ਹੁਣ ਸਾਰੇ ਵੀਰ ਆਪਣਾ ਇਲਾਕਾ ਨੋਟ ਕਰ ਲੈਣਾ ਬਰਨਾਲਾ ਲੁਧਿਆਣਾ ਸੰਗਰੂਰ ਉਤਰੀ ਮਾਨਸਾ ਮੋਗਾ ਨਵਾਂ ਸ਼ਹਿਰ ਫਰੀਦਕੋਟ ਫਾਜ਼ਿਲਕਾ ਮੁਖਸਰ ਫਰੀਦਕੋਟ ਬਠਿੰਡਾ ਚਾ ਉਸਤ ਨਾਲ ਵਧੇਰੇ ਮੀਂਹ ਪਵੇਗਾ ਉਸ ਦੇ ਨਾਲ ਹੀ ਤਰਨਤਾਰਨ ਸੰਗਰੂਰ ਮੋਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਰੂਪਨਗਰ ਫਤਿਹਗੜ੍ਹ ਸਾਹਿਬ ਗੰਗਾ ਨਗਰ ਜਾ ਆਸਥਮੀ ਪਵੇਗਾ ਤਾਂ ਉਸਦੇ ਨਾਲ ਹੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਪਟਿਆਲਾ ਚ ਤੇ ਜਲੰਧਰ ਚ ਉਸਤ ਨਾਲ ਘਟਮੀ ਪਵੇਗਾ ਤੇ ਇਹ ਸੀ ਆਪਣੇ ਅੱਜ ਦੇ ਮੌਸਮ ਦੀ ਤਾਇਆ ਜਾਣਕਾਰੀ ਨਵੀਂ ਅਪਡੇਟ ਇਸ ਲਈ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਨਾਲ ਹੀ ਵੀਡੀਓ ਵੱਧ ਤੋਂ ਵੱਧ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਨਾਲ ਹੀ ਆਪਣੇ ਇਲਾਕੇ ਦੀ ਗਰਾਊਂਡਪੁਰ ਨੂੰ ਕਮੈਂਟ ਆਵੇ ਜੁਬ ਦੂਸਰਾਂ ਤਾਂ ਜੋ ਸਾਨੂੰ ਵੀ ਤੁਹਾਡੇ ਕੋਲ ਜਾਣਕਾਰੀ ਮਿਲਦੀ ਰਹੇ ਤੇ ਧੰਨਵਾਦ ਜੀ